ਅਕਾਲੀ ਦਲ ਦੇ ਬਿਕਰਮਜੀਤ ਕਿਸੇ ਸਿੰਘ ਵੀ ਮਜੀਠੀਆ ਸੂਬੇ ਨੇ, ਵਾਸਤੇ, ਆਮ ਕਿਸੇ ਵੀ ਆਦਮੀ ਦੇਸ਼ ਪਾਰਟੀ ਦੇ ਵਾਸਤੇ ਭਗਵੰਤ ਸੀ ਐਮ ਭਗਵੰਤ ਮਾਨ ਐਜੂਕੇਸ਼ਨ ਅਤੇ ਤੇ ਹੈਲਥ ਕੇਜਰੀਵਾਲ ਦੇ ਉੱਤੇ ਸਰਵਿਸਿਜ਼ ਸਭ ਤੋਂ ਕੁਝ ਜ਼ਰੂਰੀ ਨੇ, ਦੋਸ਼ ਲਾਏ ਐ ਇੰਪੋਰਟੈਂਟ ਜਿਨ੍ਹਾਂ ਨੇ ਦੇ ਪੱਖ ਵਿੱਚ ਭਗਵੰਤ ਮਾਨ ਮਗਰ ਜੀ ਦਾ ਕਿਵੇਂ ਲੋਕਾਂ ਬਰਾਬਰ ਦੀ ਜ਼ਿੰਦਗੀ ਬਿਆਨ ਦੇ ਦਿੱਤਾ ਨਾਲ ਗਿਆ ਤੇ ਖਿਲਵਾੜ ਉਹਦੇ ਵਿੱਚੋਂ ਹੋਊਗਾ। ਸੁਣੋ ਪੂਰੀ ਵੀਡੀਓ ਇਹ ਤੇ ਦੇਖੋ ਸਭ ਕੀ ਤੋਂ ਕਹਿੰਦੇ ਬਿਹਤਰ ਭਗਵੰਤ ਮਾਨ ਜੀ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਸਾਹਿਬ ਕਰ ਸਕਦੇ ਆ ਔਰ ਉਹਦਾ ਡਰਾਮਾ ਅੱਜ ਜਿਹੜਾ ਰਚਿਆ ਗਿਆ ਹੈ। ਮੈਂ ਕੇਜਰੀਵਾਲ ਸਾਹਿਬ ਦੀ ਇੱਕ ਟਵੀਟ ਤੋਂ ਸ਼ੁਰੂ ਕਰੂੰਗਾ ਗੱਲ। ਕੇਜਰੀਵਾਲ ਸਾਹਿਬ ਨੇ ਜੁਲਾਈ 25, 2019 'ਚ ਇੱਕ ਟਵੀਟ ਕੀਤਾ ਸੀ, ਕਹਿੰਦਾ ਹਮੇਂ ਦਿੱਲੀ ਕਾ ਨਾਮ ਨਹੀਂ, ਦਿੱਲੀ ਵਾਲੋਂ ਕੀ ਜ਼ਿੰਦਗੀ ਬਦਲਨੀ ਹੈ, ਉਨਕੀ ਜ਼ਿੰਦਗੀ ਬਿਹਤਰ ਬਣਾਨੀ ਹੈ, ਲੋਗੋਂ ਕਾ ਵਿਕਾਸ ਦਿੱਲੀ ਕਾ ਨਾਮ ਬਦਲਨੇ ਸੇ ਕੈਸੇ ਹੋਗਾ। ਦਿੱਲੀ ਦਾ ਨਾਂ ਬਦਲ ਰਹੇ ਸੀ ਅਤੇ ਇਹ ਟਵੀਟ ਇਹਨਾਂ ਨੇ ਕੀਤੀ। ਕੇਜਰੀਵਾਲ ਸਾਹਿਬ, ਕਮਾਲ ਦੀ ਗੱਲ ਹੈ ਕਿ ਕਿਸੇ ਬੰਦੇ ਦੀ ਯਾਦਦਾਸ਼ਤ ਇਸ ਤਰ੍ਹਾਂ ਫਿਸਲਦੀ ਹੈ ਜਾਂ ਵਲ ਖਾਉਂਦੀ ਹੈ, ਪਹਿਲੀ ਵਾਰੀ ਵੇਖੀ। ਅੱਜ ਕੇਜਰੀਵਾਲ ਸਾਹਿਬ ਕੀ ਕਰ ਰਹੇ ਪੰਜਾਬ 'ਚ ਆ ਕੇ? 100 ਮਹੱਲਾ ਕਲੀਨਿਕ ਜਿਹੜੇ ਪਹਿਲਾਂ ਬਣੇ, ਸਾਰਿਆਂ ਨੂੰ ਤੁਹਾਨੂੰ ਪਤਾ ਕਿ ਉਹ ਜਿਹੜੇ 100 ਮਹੱਲਾ ਕਲੀਨਿਕ ਬਣੇ ਨੇ ਉਹ ਸਾਰੇ ਤੇ ਸਾਰੇ ਸੇਵਾ ਕੇਂਦਰ ਦੇ ਅੰਦਰ ਬਣੇ ਗਏ, ਇੱਕ ਵੀ ਨਵੀਂ ਬਿਲਡਿੰਗ ਨਹੀਂ। ਮੈਂ ਕੇਜਰੀਵਾਲ ਸਾਹਿਬ ਦੀ ਗੱਲ ਦਾ ਸਹਾਰਾ ਲੈਂਦਾ ਕਿ ਤੁਸੀਂ ਵੀ ਨਾਂ ਹੀ ਬਦਲੇ ਔਰ ਕਿਵੇਂ ਉਹਦੇ 'ਚ ਗੜਬੜੀ ਹੋਈ ਹੈ ਉਹ ਮੈਂ ਬਾਅਦ 'ਚ ਆਉਂਦਾ। ਅੱਜ ਜਿਹੜੇ ਇਹਨਾਂ ਨੇ 400 ਜਾਂ 500 ਜਿਹੜੇ ਵੀ ਇਹਨਾਂ ਨੇ ਇਹ ਆਮ ਆਦਮੀ ਮੁਹੱਲਾ ਕਲੀਨਿਕ ਇਹ ਡੈਡੀਕੇਟ ਕਰਨ ਲੱਗੇ ਨੇ, ਦਿਸ ਇਜ਼ ਨਥਿੰਗ ਐਲਸ ਬਟ ਅ ਮਦਰ ਆਫ ਆਲ ਸਕੈਮਸ। ਇਹਦੀ ਅਜੋਏ ਸ਼ਰਮੇ ਸਾਹਿਬ ਦੀ ਬਦਲੀ ਇਸ ਲਈ ਕੀਤੀ ਗਈ ਕਿਉਂਕਿ ਉਹ ਸਕੈਮ ਦਾ ਹਿੱਸਾ ਨਹੀਂ ਬਣਨਾ ਚਾਹੇ। ਹੁਣ ਸਕੈਮ ਤੁਸੀਂ ਇਸ ਹਿਸਾਬ ਨਾਲ ਵੇਖ ਲਓ, ਤੁਸੀਂ ਸਾਰੇ ਬੜੇ ਪੜ੍ਹੇ ਲਿਖੇ ਸਿਆਣੇ ਲੋਕ ਹੋ ਕਿ ਲੀਪਾ ਪੋਛੀ, ਮੈਂ ਆਪਦਾ ਹੀ ਐਗਜ਼ਾਮਪਲ ਦਿੰਦਾ, ਤੁਸੀਂ ਉਹਦੇ ਤੋਂ ਸਮਝੋਗੇ, ਮੈਂ ਦੂਰ ਤਾਂ ਜਾਂਦਾ ਹੀ ਨਹੀਂ। ਆਹ ਸਾਡੇ ਇੱਕ, ਮੈਂ ਮਜੀਠੇ ਹਲਕੇ 'ਚ ਹੀ ਗਿਆ ਸਾਂ, ਆਹ ਮੈਂ ਫੋਟੋ ਖਿੱਚ ਕੇ ਆਇਆ ਜੀ ਉੱਥੋਂ ਦੀ, ਪ੍ਰਾਇਮਰੀ ਹੈਲਥ ਸੈਂਟਰ ਬੰਦ ਕਰਤਾ ਅਤੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹਤਾ ਔਰ ਜਿੱਥੇ ਖੋਲ੍ਹ ਰਿਹਾ ਉਸ ਬਿਲਡਿੰਗ ਨੂੰ ਅਨਸੇਫ ਡਿਕਲੇਅਰ ਕੀਤਾ ਅਤੇ ਉਹਦਾ ਉਦਘਾਟਨ ਕਿਹਨੇ ਕੀਤਾ? ਇਹ 'ਚ ਲਿਖਿਆ ਵੀ ਹੋਇਆ ਜੀ, ਪ੍ਰਾਇਮਰੀ ਹੈਲਥ ਸੈਂਟਰ ਥਰੀਏਵਾਲ ਬਲੋਕ ਮਜੀਠਾ, ਅੱਜ ਉਹਦਾ ਉਦਘਾਟਨ ਕੀਤਾ। ਇਹ ਕਿਹਨੇ ਕੀਤਾ ਸੀ? ਕਾਮਰੇਡ ਰਾਮ ਕਿਸ਼ਨ, ਮੁੱਖ ਮੰਤਰੀ ਪੰਜਾਬ ਨੇ 20-2-1966 'ਚ, ਮਤਲਬ ਮੁੱਖ ਮੰਤਰੀ ਨੇ ਇਸ ਬਿਲਡਿੰਗ ਦਾ ਉਦਘਾਟਨ, ਜਿਹੜੇ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸਨ, ਤੁਸੀਂ ਵੇਖ ਲਓ ਪੰਜਾਬ ਬਣਨ ਤੋਂ ਵੀ ਪਹਿਲਾਂ ਦੀ ਗੱਲ, ਉਸ ਬਿਲਡਿੰਗ ਨੂੰ ਜਾ ਕੇ ਜਿਹੜੀ ਬਿਲਡਿੰਗ ਡਿੱਗਣ ਦੇ ਕਿਨਾਰੇ ਹੈ ਉੱਤੇ ਫਾਲ ਸੀਲਿੰਗ ਲਾਈ। ਫਾਲ ਸੀਲਿੰਗ ਕਿੰਨੀ ਕੁ ਲੱਗ ਸਕਦੀ ਹੈ ਜੀ? 10x10 ਦੇ ਕਮਰੇ 'ਚ, ਬਾਥਰੂਮ 'ਚ ਟਾਈਲਾਂ ਲਾ ਤੀਆਂ, ਥੱਲੇ ਫਰਸ਼ ਲਾ ਤਾ। ਵੱਧ ਤੋਂ ਵੱਧ ਵੀ ਮੈਂ ਕਹਾਂ, ਜੇ ਅਨਸੇਫ ਬਿਲਡਿੰਗ ਦੀ ਜ਼ਿੰਮੇਵਾਰੀ ਕਿਹਦੀ ਹੋਊਗੀ? ਚੱਲ ਕੱਲ੍ਹ ਡਿੱਗ ਜਾਂਦੀ ਹੈ ਅਤੇ ਜੇ ਉਹਦੇ 'ਤੇ ਖਰਚ ਕੀ ਸ਼ੋਅ ਕੀਤਾ 25 ਲੱਖ, ਅਤੇ ਅਸਲ 'ਚ ਕਿੰਨਾ ਖਰਚਾ? 5-7 ਲੱਖ ਦਾ ਵੀ। ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ। ਫਰੋਡ ਕਰਨ ਵਾਸਤੇ ਇਹ ਪੰਜਾਬ 'ਚ ਆਇਆ, ਇੱਕ ਹੈਲਥ ਸੈਂਟਰ ਨੂੰ, ਪ੍ਰਾਇਮਰੀ ਹੈਲਥ ਸੈਂਟਰ ਜਿਹੜਾ ਨਾਲ ਦੀ ਬਿਲਡਿੰਗਾਂ 'ਚ ਉੱਥੇ ਚੱਲਦਾ, ਉਹਨੂੰ ਬੰਦ ਕਰਕੇ ਉਹ ਸਾਰੇ ਡਾਕਟਰ ਸ਼ਿਫਟ ਕਰਤੇ ਕਿ ਜਿਹੜਾ ਸਾਡਾ ਏਜੰਡਾ ਉਹ ਚਲਾਓ। ਹੁਣ ਜਿਹੜੀ ਮੈਂ ਜੋਏ ਸ਼ਰਮੇ ਦੀ ਗੱਲ ਕਰ ਰਿਹਾ ਸਾਂ, 10 ਕਰੋੜ ਦੀ ਵਾਈਟ ਵਾਸ਼ਿੰਗ, ਲੀਪਾ ਪੋਚੀ, ਸੁਰਖੀ ਬਿੰਦੀ ਜਿਹਨੂੰ ਕਹਿ ਦਿੰਦੇ ਆ, ਉਹ ਲਾਈ ਹੈ ਕਮਰਿਆਂ ਨੂੰ ਤੇ ਕਮਰਿਆਂ 'ਤੇ ਲਾ ਕੇ ਉੱਤੇ ਆਪਦਾ ਬੋਰਡ ਲਾ ਤਾ। ਅਤੇ ਯਾਦ ਹੈ ਕੇਜਰੀਵਾਲ ਸਾਹਿਬ ਨੂੰ ਅਤੇ ਭਗਵੰਤ ਮਾਨ ਨੂੰ ਕਿੰਨੀ ਢਿੱਡ ਪੀੜ ਹੋਈ ਸੀ, ਇੱਕ ਐਂਬੂਲੈਂਸ 'ਚ ਬਾਦਲ ਸਾਹਿਬ ਦੀ ਫੋਟੋ ਲੱਗੀ ਸੀ, ਕਹਿੰਦਾ ਇਹਨਾਂ ਨੇ ਤਾਂ ਹਰ ਚੀਜ਼ 'ਤੇ ਆਪਦੀ ਫੋਟੋ ਲਾ ਤੀ। ਅਤੇ ਹੁਣ ਇਹ ਭਗਵੰਤ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਤਾਂ ਐਡੇ ਗਏ ਗੁਜਰੇ ਹੋ ਕਿ 5 ਪਿਆਰੇ ਸਾਹਿਬਾਨਾਂ ਦੇ ਨਾਂ 'ਤੇ ਜਿਹੜਾ ਇੱਕ ਸੈਟੇਲਾਈਟ ਹਸਪਤਾਲ ਸੀ, ਨਾਟ ਅ ਕਲੀਨਿਕ, ਨਾਟ ਅ ਪ੍ਰਾਇਮਰੀ ਹੈਲਥ ਸੈਂਟਰ, ਮਗਰ ਸੈਟੇਲਾਈਟ ਹੋਸਪਿਟਲ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ 'ਤੇ ਤਿਆਰ ਹੋਏ ਸਨ, ਉਹਨਾਂ ਨੂੰ ਤੁਸੀਂ ਨਾ ਹੀ ਉਹਨਾਂ ਦਾ ਮਿਟੇਤਾ ਅਤੇ ਤੁਸੀਂ ਆਪਦੀ ਫੋਟੋ ਲਾਈ। ਆ ਮੈਂ ਫੋਟੋ ਵਿਖਾਉਣ ਲੱਗਿਆ ਅਤੇ ਕੱਲ੍ਹ ਜਦ ਲੋਕਾਂ ਨੇ ਰੌਲਾ ਪਾਇਆ ਅਤੇ ਇਹਨਾਂ ਨੇ ਫਿਰ ਬਦਲਤਾ, ਆਹ ਪੁਰਾਣਾ ਸੀ, ਆਹ ਇਹਨਾਂ ਨੇ ਕੱਲ੍ਹ ਫੋਟੋ ਲਾਈ ਆਪਦੀ।
कोई नौ नहीं। फिर जब रौला पिया तो फिर लिखता, मगर फिर भी वेखो बेअदबी किस किस्म की। भगवंत मान की फोटो वड्डी, आम आदमी क्लिनिक का नाम वड्डा, मगर भाई साहब जड़े भाई दया सिंह जी, भाई मोहकम सिंह जी, भाई हिम्मत सिंह जी, भाई साहिब सिंह जी, भाई साहिब सिंह जी किन्ने पांच हो गए जी, कौन जिन्हें भी पांच प्यारे ने, भाई दया सिंह जी, भाई धर्म सिंह जी, भाई साहिब सिंह जी, भाई मोहकम सिंह जी, भाई हिम्मत सिंह जी, उन्होंने नौ छोटे ते आप दा नौ वड्डा करके इत्थे आप दी फोटो लाती की ए सत्कार। और जिहड़ा एक हस्पताल चलदा सी सैटेलाइट हस्पताल, उहनू तुसी बंद करके अज उहनू एक क्लिनिक बनाता, एक आम आदमी क्लिनिक। उहना क्लिनिक दे हालात भी जो है थोड़े सामने मैं दस दिना। अज हालात की है हेल्थ सैक्टर दे, देयर इज मोर दैन 1000 डॉक्टर्स दी वेकेंसी, जेडे इन्हां दे ए प्राइमरी हेल्थ सेंटर हुण बंद करने, इन्हां ने विच वर केटरिंग टू 6000 विलेजेस, ओ बंद करके आम आदमी महला क्लिनिक खोल देनी। और मैं जब इत्थे गया है आपदे माझे च, मैं जाके आया कई ये जेडे बना रहे क्लिनिक, मैनू कहिंदे जी पहला एक ट्रक भर के दवाइयां दा आउंदा सी, कहिंदा हुण मरुति दी डिक्की च दवाइयां आउंदियां ने, 73 दवाइयां दी जगह महा 10-12 दवाइयां आउंदियां। और ये खबरां भी लगियां ने कि दवाइयां नहीं, सिरिंजेस अवेलेबल नहीं। डॉक्टर पिछली बारी जब इन्हां ने 26 जनवरी ते पिछली बारी जब खोले सी थोड़े सामने, वो खबरां केड़ा आपां भुल गए हां, 15 अगस्त नूं या 26 जनवरी नूं जद भी इन्हां ने खोले सी, आ खबरां थोड़े सामने प्रकाशित होईयां ने। एक जगह कोई जिला है जा नहीं जिथों डॉक्टरां ने इस्तीफा ना देता होवे, एक तो बाद एक इस्तीफे। और डॉक्टर जो आम तुसी क्लिनिक ते जाके पुछ लो, देर इज जुड़े पहला 100 खोले ने, बेसिक जो वैदे किए गए वो सहूलत नहीं दित्तियां जा रही ने उत्थे। और की असी भुल गए उस दिन कि जेड़ा सब तो बेहतर ते सब तो सस्ता इलाज PGI च हुंदा है, उहदे पैसे नहीं दित्ते इन्हां ने, जो PGI नूं देने पैंदे सी फॉर जेड़े हेल्थ सर्विसेज उत्थों लै रहे फ्री दी। पहला उन्हें दस्या भी 130 to 140 बंदे हर रोज आउंदे आ, ते मैं कहा जी किन्ने परसेंट ने जिहड़े इत्थों ठीक होके चले जांदे, उह कहिंदी 96-97% इत्थों दवाइयां लैके ठीक होके घरे चले जांदे, उहनां नूं वड्डे हॉस्पिटलां जाण दी लोड़ नहीं। 10 लाख बंदा जिहड़ा ओह पीड़ी दा फायदा लै चुक्या, उही बंदे वड्डे हस्पतालां जांदे, उत्थे बर्डन पैंदा डॉक्टरां ते। PGI दा देख लो हाल तुसीं की है, फुटपाथ ते भी जगह नहीं मिलदी, 5 स्टेटां पैंदियां ने। ਡਾਕਟਰਸ ਜਿਹੜੇ ਨੇ ਉਹ ਆਪਣੀ ਡਿਊਟੀ ਬਹੁਤ ਤਨਦੇਹੀ ਨਾਲ ਕਰ ਰਹੇ ਨੇ, ਪਰ ਉਹ ਬਹੁਤ ਓਵਰ ਟਾਈਮ ਕਰ ਰਹੇ ਨੇ, ਕਿਉਂਕਿ ਹੈਗੇ ਤਾਂ ਆਫਟਰ ਆਲ ਹਿਊਮਨ ਬੀਇੰਗਸ ਨੇ, ਉਹਨਾਂ ਨੂੰ ਵੀ ਰੈਸਟ ਚਾਹੀਦੀ ਹੈ। ਮਗਰ ਅਜੋਏ ਸ਼ਰਮਾ ਤੇ ਜ਼ੋਰ ਪਾਇਆ ਕਿ ਭਾਵੇਂ ਅਸੀਂ 10 ਕਰੋੜ ਦੀ ਸੁਰਖੀ ਬਿੰਦੀ ਲਾ ਰਹੇ ਹਾਂ ਆਪਦੀ ਆਮ ਆਦਮੀ ਕਲੀਨਿਕ ਤੇ, ਤੂੰ 30 ਕਰੋੜ ਦਾ ਇਸ਼ਤਿਹਾਰ ਦੇ, ਹੈਜ਼ ਇਟ ਐਵਰ ਬੀਨ ਹਰਡ ਆਫ 30 ਕਰੋੜ ਦਾ ਇਸ਼ਤਿਹਾਰ ਲਾਉਣ ਨੂੰ ਕਿਹਾ, ਔਰ ਇਸ ਸਟੇਟ ਤੱਕ ਕਿ ਤਮਿਲਨਾਡੂ ਵੀ ਇਸ਼ਤਿਹਾਰ ਜਾਵੇ। और अफसर ने गल पूछी कि जनाब की तमिलनाडु वाले किथे अपने महला क्लिनिक च इलाज करा के जाणगे जां दवाई लैके जाणगे, कहिंदे नहीं दिओ। एंड ही प्रोटेस्टेड, और अज उहनां दे सामने तुहानू सामने ही है कि बदली करती है, कितों उहनू जिम्मेवारी नहीं पै रही। पहला एडा आला अफसर कि जिहड़ा तुहाडा फलैगशिप प्रोग्राम सी उह केवल उहनू नहीं हट कर रहे सी, एक महकमे नूं होर नूं भी ऐड कर रहे सी, शायद एक्साइज एंड टैक्सेशन किहड़े महकमे, जिहड़े अहम महकमे ने उहदी जिम्मेवारी उत्ते सी। और अजोय शर्मा साहब एक मुख्यमंत्री नहीं, उहनां दी काबिलियत बोलदी आ, तिन चार मुख्यमंत्री साहिबानां नालों कल कर चुके आ प्रिंसीपल सैकटरी, लोग उहनां दी लियाकत दा, उहनां दी समझदारी दा, उहनां दी दूरअंदेशी दा लोहा मन्नदे आ, मगर उहनूं सिर्फ इस लई बदलता जिहड़ा आम ਭਗਵੰਤ ਮਾਨ ਤੇ ਕੇਜਰੀਵਾਲ ਦਾ 420 ਸੀ ਹੈਲਥ ਦੇ ਨਾਂ ਤੇ, ਠੱਗੀ ਠੋਰੀ ਸੀ, ਕਾਲਾ ਬਜ਼ਾਰੀ ਸੀ, ਪੰਜਾਬ ਦੇ ਲੋਕਾਂ ਨਾਲ ਹੈਲਥ ਦੇ ਨਾਂ ਤੇ ਧੋਖਾ ਕਰਨਾ ਸੀ, ਉਹਦੀ ਪੋਲ ਖੋਲਤੀ, ਉਹਦਾ ਹਿੱਸਾ ਨਹੀਂ ਬਣੇ, ਔਰ ਉਹਨਾਂ ਨੂੰ 5 ਦਿਨ ਪਹਿਲਾਂ ਬਦਲਤਾ।
सिर्फ इसलिए बिकॉज ही रिफ्यूज्ड कि मैं तीन गुना वध इश्तहार ते पैसे नहीं खर्च करूंगा। सेहत बिगड़ती तो पता लगता, कल थोड़ी सेहत जां डॉक्टर गोपी जी अपना उन्हां दे धर्म पत्नी जी की सेहत नूं कुदे लोड पैगी ते दवाई कित्थों लोंगे अपोलो तो, क्योंकि तुसीं तां पहलां भी अपोलो तो इलाज करा के आए हो आपदा, कि लोकां नूं मूर्ख बनाओगे किते तुसीं भी जाओगे क्लीनिक ते, आप नहीं इन्हां दे जाणा किहे बंदे ने, इह लोकां नूं सिर्फ ते सिर्फ इत्थे मूर्ख बनाउण दा काम कीता। इसलिए मैं जिहड़ी सारी मैडिकल फ्रटर्निटी है जिहड़े आर एम ओज ने इन्हां दी एसोसीएशन ने वो तो सारे पहले ही रौला पा के बह गए, और तुसी इस गल की भी इनकुआइरी करो जिथे मैं पैसों की गल की इस गल की भी करो कि जेडे पहले 100 खोले हैं उत्थे तो डॉक्टर भी नहीं जा रहा, कई डॉक्टर ने उत्थे काम ज डॉक्टर की है ही 800-900 हज़ार डॉक्टर की घाट तो जाना कितने थोड़े को, जेडे पहला थोड़े हस्पताल चलते वड्डे वड्डे शहरां च जां CHC चलते हैं उत्थे डॉक्टर नहीं, उत्थे टेस्टिंग की फैसिलिटी नहीं, मगर इत्थे जस्ट टू ब्रांड योर सैल्फ तुसी इत्थे ड्रामा रचता हैल्थ दे नौ ते हैल्थ दे जो हालात बने आ, जे डॉक्टर जॉइन नहीं कर रहा कच्चे मुलाजम नूं तुसी पक्के नहीं कर रहे। टोटल अपॉइंटमेंट लैटर दे चुके हैं विद इन 10 मंथ्स, असो पहला ये क्यों नहीं होया, हो सकता सी असी कोई जादू की छड़ी नहीं असी फेरी।